ਲੱਗਾ ਹਨਾ ਉਹ ਐ ਵੇਖੋ ਇਹ ਮੋਰ ਛਪੇ ਨੇ ਇਹਦੇ ਉੱਤੇ ਬੁੱਤ ਵੀ ਛਪੇ ਆ ਅੰਦਰ ਮੈਨੂੰ ਲੱਗਦਾ ਰੌਲਾ ਰੌਲਾ ਕਿਸ ਤਰ੍ਹਾਂ ਵੇ ਕਿ ਹੈ ਤੇ ਇਹ ਥੜਾ ਸਾਹਿਬ ਲੇਕਿਨ ਇਹਨੂੰ ਨਾਲ ਨਾ ਕੋਈ ਕਬਰ ਦੀ ਵੀ ਤਸ਼ਬੀਹ ਦਿੱਤੀ ਹੈ ਅੰਦਰੋਂ ਆਟੋ ਐਵੇਂ ਦਾ ਪੁੱਟੇ ਆ ਵੱਲਾ ਆਲਮ ਕੀ ਲੱਭਦ ਰਹੀ ਹੈ ਦੁਨੀਆ ਇੱਥੋਂ ਇੱਥੇ ਇੱਕ ਆਮ ਕਨਸੈਪਟ ਜਿਹਾ ਪਾਇਆ ਜਾਂਦਾ ਕਿ ਸਿੱਖ ਸਰਦਾਰ ਜਿਹੜੇ ਨੇ ਉਹ ਸੋਨਾ ਲੁਕਾ ਕੇ ਸਨ ਇੱਥੇ ਅਸਲਾਮ ਅਲੈਕੁਮ ਜੀ ਦੋਸਤੋ ਵਕਾਰ ਤਰੀਨ ਵਲਾਗ 'ਚ ਇੱਕ ਦਫ਼ਾ ਫਿਰ ਤੁਹਾਨੂੰ ਖੁਸ਼ ਆਮਦੀਦ ਅੱਜ ਅਸੀਂ ਪਿੰਡ ਖਲੋਤੇ ਹਾਂ ਰਮਦਾਸ ਕੋਟ ਜਿਹੜਾ ਤਹਿਸੀਲ ਦਸਕਾ ਜ਼ਿਲ੍ਹਾ ਸਿਆਲਕੋਟ ਅਤੇ ਰਮਦਾਸ ਕੋਟ ਦੇ ਬਿਲਕੁਲ ਨਾਲ ਪਿੰਡ ਠੱਕਰ ਕੇ ਅਤੇ ਗਾਲਬ ਕੇ ਇਹ ਦੋਵੇਂ ਪਿੰਡ ਨੇ ਇਹ ਸ਼ਾਇਦ ਮੈਨੂੰ ਕਨਫਿਊਜ਼ਨ ਸ਼ਾਇਦ ਜਿਦਰਾਵਾਲਾ ਦੇ ਵਿੱਚ ਆਉਂਦੇ ਨੇ ਜਾਂ ਸਿਆਲਕੋਟ ਦੇ ਵਿੱਚ ਆਉਂਦੇ ਨੇ ਚਲੋ ਇੱਕ ਲੱਗਦਾ ਵੈਸੇ ਅਸੀਂ ਇੱਥੇ ਖਲੋਤੇ ਇੱਥੇ ਰੋਡ ਦੇ ਉੱਤੇ ਅਗਰ ਤੁਸੀਂ ਗੁਜ਼ਰਦੇ ਹੋ ਜਦੋਂ ਫਤਿਹ ਪਿੰਡਰਾਂ ਤੋਂ ਤੁਸੀਂ ਵਾਪਸ ਆਓ ਅਤੇ ਰੋਡ ਦੇ ਉੱਤੇ ਤੁਹਾਨੂੰ ਕੁਛ ਸਮਾਧ ਨਜ਼ਰ ਆਉਣਗੀਆਂ ਅਸੀਂ ਇਹ ਖਲੋਤੇ ਸਾਂ ਇਹਨਾਂ ਨੂੰ ਵੇਖਣ ਵਾਸਤੇ ਕਿ ਚਲੋ ਨਾਲ ਤੁਹਾਡੇ ਨਾਲ ਵੀ ਸਾਂਝ ਪਾਈਏ ਦੀ ਕੋਈ ਤਾਰੀਖ ਲੈਣ ਦੀ ਵੀ ਕੋਸ਼ਿਸ਼ ਕਰਾਂਗੇ ਅਤੇ ਇਹਦੇ ਵਿੱਚ ਕੁਛ ਸਮਾਧ ਨੇ ਇੱਕ ਪਿੱਛੇ ਬਿਲਡਿੰਗ ਨਜ਼ਰ ਆ ਰਹੀ ਹੈ ਇਹ ਗੁਰਦੁਆਰਾ ਲੱਗਦਾ ਜਾਂ ਰਿਹਾਇਸ਼ ਲੱਗਦੀ ਹੈ ਇਹ ਅੱਗੇ ਚੱਲ ਕੇ ਤੁਹਾਨੂੰ ਦਿਖਾਉਂਦੇ ਹਾਂ ਅਤੇ ਇਹ ਦੂਸਰੀ ਤੁਹਾਨੂੰ ਮੇਰੇ ਪਿੱਛੇ ਨਜ਼ਰ ਆ ਰਹੀਆਂ ਹੋਣਗੀਆਂ ਇਹਦੇ ਸਮਾਧ ਨੇ ਇੱਕੋ ਦੀਵਾਰ ਹੈ ਪਿੱਛੇ ਇਹ ਦੀਵਾਰ ਕਿਉਂ ਹੈ ਸਮਾਧਾਂ ਕਿਹਨਾਂ ਦੀਆਂ ਨੇ ਅਤੇ ਅਸੀਂ ਕੋਸ਼ਿਸ਼ ਕਰਨੇ ਅੱਗੇ ਇਹਦੇ ਮੁਤਲਕ ਜਾਣਕਾਰੀ ਲੈ ਕੇ ਅਤੇ ਤੁਹਾਡੇ ਨਾਲ ਵੀ ਸਾਂਝ ਪਾਈਏ ਜੁੜੇ ਰਹੋ ਸਾਡੇ ਨਾਲ ਐਂਡ ਤੱਕ ਸਾਡਾ ਵਲੋਗ ਜ਼ਰੂਰ ਦੇਖਿਆ ਜੀ ਲੋਈ ਸਜਣਾ ਜਿਵੇਂ ਤੁਹਾਨੂੰ ਦੱਸਿਆ ਸੀ ਕਿ ਅਸੀਂ ਪਿੰਡ ਖਲੋਤੇ ਹਾਂ ਠੱਕਰ ਕੇ ਗਾਲਬ ਕੇ ਇਹ ਅਗਰ ਤੁਸੀਂ ਫਤਿਹਗੜ੍ਹ ਫਤਿਹ ਭਿੰਡਰਾਂ ਤੋਂ ਵਾਪਸੀ ਆ ਲਾਓ ਗੁਜਰਾਂਵਾਲਾ ਦੀ ਤਰਫ 'ਤੇ ਆ ਪਿੰਡ ਆਉਂਦੇ ਨੇ ਇੱਥੇ ਰਸਤੇ ਦੇ ਰੋਡ ਦੇ ਉੱਤੇ ਇੱਕ ਹੈ ਸਮਾਧੀ ਹੈ ਗਾਲਬਨ ਅੰਦਰ ਚੱਲ ਕੇ ਤੁਹਾਨੂੰ ਵਿਖਾਉਣਾ ਥੋੜ੍ਹਾ ਜਿਹਾ ਮੈਂ ਸਮਾਧੀ ਦੇ ਅੰਦਰ ਆਈਏ ਕੋਈ ਨੈਨ ਨਕਸ਼ ਮੌਜੂਦ ਹੈ ਨਾ ਲਓ ਜੀ ਇਹ ਸਮਾਧ ਦਾ ਅੰਦਰਲਾ ਹਿੱਸਾ ਸਾਈਡ ਟੁੱਟੀ ਹੈ ਅਤੇ ਉਹੀ ਨਾਨਕ ਸ਼ਾਹੀ ਪੁਰਾਣੀ ਇੱਟ ਬਾਰੀਕ ਉਹੀ ਲੱਗੀ ਹੈ ਅੰਦਰੋਂ ਆਟੋ ਐਵੇਂ ਦਾ ਪੁੱਟੇ ਆ ਵੱਲਾ ਆਲਮ ਕੀ ਲੱਭਦ ਰਹੀ ਹੈ ਦੁਨੀਆ ਇੱਥੋਂ ਇੱਥੇ ਇੱਕ ਆਮ ਕਨਸੈਪਟ ਜਿਹਾ ਪਾਇਆ ਜਾਂਦਾ ਕਿ ਸਿੱਖ ਸਰਦਾਰ ਜਿਹੜੇ ਨੇ ਉਹ ਸੋਨਾ ਲੁਕਾ ਕੇ ਸਨ ਇੱਥੇ ਅਤੇ ਮੇਰਾ ਹਾਲ ਉਹ ਵੀ ਕਿਸੇ ਨੇ ਲੱਭਣ ਦੀ ਕੋਸ਼ਿਸ਼ ਕੀਤੀ ਹੋਣੀ ਆ ਟੋਇਆ ਮਾਰ ਕੇ ਲਓ ਜਨਾਬ ਇਹ ਵਿੰਡੋ ਤੇ ਇਹ ਉਸੇ ਵਕਤ ਦੀ ਬੜੀ ਖੂਬਸੂਰਤ ਛੱਤ 'ਤੇ ਨਕਸ਼ਕਾਰੀ ਵੀ ਹੋਈ ਹੈ ਮੈਨੂੰ ਇਹ ਨਹੀਂ ਸਮਝ ਲੱਗਦੀ ਕਿ ਕਿਹੜਾ ਪੇਂਟ ਜਾਂ ਰੰਗ ਇਸਤੇਮਾਲ ਕਰਦੇ ਸਨ ਕਿ ਜਿਹੜਾ ਇੰਨਾ ਚਿਰ ਹੋ ਗਿਆ ਹੈ ਇਹਨੂੰ 70-80 ਸਾਲ ਤਾਂ ਹੋ ਗਏ ਨੇ ਆਖਰੀ ਦਫ਼ਾ 47 ਤੋਂ ਪਹਿਲਾਂ ਹੀ ਕਿਸੇ ਨੇ ਫੁੱਲ ਬੂਟੇ ਪਾਏ ਹੋਣੇ ਨਾ ਉਸ ਤੋਂ ਬਾਅਦ ਤਾਂ ਕੋਈ ਨਹੀਂ ਇੱਥੇ ਆਇਆ ਅਤੇ ਉਹ ਕਿਹੜਾ ਮਟੀਰੀਅਲ ਇਸਤੇਮਾਲ ਕਰਦੇ ਸਨ ਕਿ ਜਿਹੜੇ ਇੰਨੀ ਦੇਰ ਕਾਇਮ ਰਹੇ ਨੇ ਇੱਥੇ ਕੋਈ ਤਖ਼ਤੀ ਕੋਈ ਨਹੀਂ ਲੱਗੀ ਜਨਾਬ ਇਹ ਬਸ ਇੱਕ ਬੜਾ ਆਲਮੀ ਹੈ ਕਿ ਸਮਾਧੀਆਂ ਜਿੱਥੇ ਵੀ ਹਨ ਜੇ ਸ਼ਾਇਦ ਉੱਥੇ ਲੱਗੀਆਂ ਹੋਣ ਤਖ਼ਤੀਆਂ ਤਾਂ ਹੁਣ ਲੱਥ ਗਈਆਂ ਹੋਣ ਉੱਥੇ ਕੋਈ ਲਿਖੀ ਹੋਣੀ ਚਾਹੀਦੀ ਤਖ਼ਤੀ ਕਿ ਸਮਾਧ ਕਿਹਦੀ ਹੈ ਅਤੇ ਇਹਦਾ ਥੋੜ੍ਹਾ ਜਿਹਾ ਦਰਵਾਜ਼ਦਾਰ ਨੇ ਚਾਰੇ ਅਤੇ ਇਹ ਜਨਾਬ ਇਸ ਤਰ੍ਹਾਂ ਦਾ ਮਾਹੌਲ ਸੀ ਇਹ ਸਾਈਡ 'ਤੇ ਦਾ ਮੰਦਰ ਹੈ ਜਨਾਬ ਠੀਕ ਹੈ ਜੀ ਅੱਛਾ ਜੀ ਇਹ ਜਿਹੜਾ ਨਾ ਇਹ ਸਮਾਧ ਨਹੀਂ ਇਹ ਕੋਈ ਗੁਰਦੁਆਰਾ ਸਾਹਿਬ ਨੇ ਜਾਂ ਕੋਈ ਰਿਹਾਇਸ਼ ਹੈ ਕਿਸੇ ਦੀ ਬਿਲਡਿੰਗ ਬਾਕੀ ਇਹ ਪਿੱਛੇ ਜਿਹੜੀਆਂ ਨੇ ਅਤੇ ਸਮਾਧ ਨੇ ਸਾਰੀਆਂ ਜਿਹੜੀਆਂ ਨਜ਼ਰ ਆ ਰਹੀਆਂ ਨੇ ਉਹ ਤੁਹਾਨੂੰ ਮੈਂ ਅੱਗੇ ਚੱਲ ਕੇ ਦਿਖਾਉਂਦਾ ਇਹ ਉਸ ਬਿਲਡਿੰਗ ਦੀ ਜੀ ਬੈਕ ਸਾਈਡ ਹੈ ਉਸ ਬੈਕ ਸਾਈਡ ਤੋਂ ਬਾਅਦ ਇੱਧਰ ਇੱਕ ਹੈ ਸਮਾਧ ਹੈ ਕਰੀਬ ਤੋਂ ਚੱਲ ਕੇ ਵੀ ਤੁਹਾਨੂੰ ਦਿਖਾਉਂਦੇ ਹਾਂ ਇਹ ਸਮਾਧ ਨੇ ਇਹ ਨਾਲ ਦੀਵਾਰ ਹੈ ਇਹ ਤੁਹਾਨੂੰ ਨਜ਼ਰ ਆ ਰਹੇ ਨੇ ਪਤਾ ਨਹੀਂ ਹੁੰਦਾ ਪੂਰੀ ਸਾਰੀ ਦੀਵਾਰ ਹੋਏਗੀ ਉਸ ਵਕਤ ਦੇਖਦੇ ਹਾਂ ਤੁਹਾਨੂੰ ਨਾਲ ਚੱਲ ਕੇ ਦਿਖਾਉਂਦੇ ਹਾਂ ਪਹਿਲਾਂ ਅਸੀਂ ਤੁਹਾਨੂੰ ਇਹ ਬਿਲਡਿੰਗ ਅੰਦਰੋਂ ਦਿਖਾਉਂਦੇ ਹਾਂ ਫਿਰ ਉਸ ਤੋਂ ਬਾਅਦ 1x1 ਤੁਹਾਨੂੰ ਦਿਖਾਉਂਦੇ ਹਾਂ ਚੀਜ਼ਾਂ ਅੱਗੇ ਲਓ ਜੀ ਇਹ ਵੀ ਬਰੀਕ ਇੱਟ ਛੋਟੀ ਦਾ ਕੰਮ ਹੋਇਆ ਇਹਦਾ ਮੇਨ ਦਰਵਾਜ਼ਾ ਅਤੇ ਡਬਲ ਸਟੋਰੀ ਬਿਲਡਿੰਗ ਹੋਏਗੀ ਹੈ ਕਿਸੇ ਦੌਰ ਦੇ ਵਿੱਚ ਨਾ ਗਾਰਡਨ ਬੜੇ ਤਕੜੇ ਪਏ ਨੇ ਲਿਖਿਆ ਕੋਈ ਚੀਜ਼ ਨਹੀਂ ਜਿੱਥੋਂ ਅਸੀਂ ਇਹਦੀ ਕੋਈ ਜਾਣਕਾਰੀ ਲੈ ਸਕੀਏ ਇਹ ਦੀਵਾਰ ਟੁੱਟੀ ਇਹਦੀ
इधरों से जो बाहर निकलिए एक साइड है, बाकी असी तो अच्छा एक समाध है जी तो नजर आ रही थी दूरों। ये जुड़े रहे जी साढ़े नाल एंड तक, तो तुहानू जरूर इन्हां दी हिस्टरी का मतलब भी दसांगे कि किन्हां दीआं ने कौन सन है। अजे तक वैसे साइडां सांभ संभाल तो इस तरह की होन डई इन्हां दी, अंदर कुछ इस तरह ये आगू कुछ सेकते होने इतने बह के लोग लिखा लुखिया इतने कुछ भी नहीं। एक कायम है ये अच्छे टुट फुट नहीं हुई। इहदा कोई लिंक सी दूसरी बिल्डिंग दे नाल या इस दीवार दे नाल। वाह जी वाह, दीवार हिस्टोरिकल है जी। तुहानू दीवार च एक खास चीज़ दिखाना अगे चल के, पहला जरा समाध असी क्लीयर कर लईए। इधर इधर रुख दो निकलते हैं, फिर एक है वेखो ये किसी होर पास नू जा रहा है, फिर अगे किसी होर पास नू बिल्डिंग जा रही है। ये तो समाधि ने दो कन्फर्म, ये अंदर एक थड़ा साहब जहा बने। अच्छा मैं तुहानू दीवार का कह रहा सा, दीवार चक तुहानू खास चीज़ बहाना है। दीवार बैक साइड तो भी दीवार का छोटा जिहा टोटा है, बैक साइड के उत्ते तो कोई इस तरह की खास चीज़ नहीं, लेकिन फ्रंट तो एक खास चीज़ है। वो मैं तुहानू जरूर बहाना जा के वो वेखा है। अच्छा यदि बाउंड्री है देखो नाल, उतों पूरी दीवार है, इतों छोटी छोटी दीवार चलती है भी। पूरा एक अहाता, अहाता तो मुराद अहाता मेरा हर कोई कुछ नहीं, तो दो तीन कनाल, तीन कनाल जगह है जी बनी। जो थानू पता होया तो जरूर तुम दस्या जे। असं मेन समाध वाल चलेंगे, तो जी चीज़ मैं थोड़ा हान लगा है ना वो है वेखो, ये मोर छपे ने उ नज़र आए ना जी, दो मोर एक दूजे वाल मोह किया। तो अगले पास एक बुत भी छपे है, मूँह वाली जगह पर या कोई और चीज़ सी, और इस तरह की कोई चीज़ नहीं। ताकिया जी बनिया ने, लेकिन यह बड़ी एक खास चीज़ मैं नजर आई दीवार थले थले इस तरह के बार्डर है, उधर दो मोर ने। अच्छा जी, ए मेन सब तो वड्डी जिहड़ी बिल्डिंग है ना इत्थे, वो है वे जिहड़ी तुहानूं नज़र आ रही है। इस बिल्डिंग दे अंदर की है, वाह जी वाह, इत्थे अंदर मैनूं लगदा रौला है। रौला किस तरह में कि है तो यह थड़ा साहब है, लेकिन इनू नाल ना को कबर की भी तशबीह दी है। अवेंदे पे इधर जेडे दे स्टेप ने ना है, उत्ते दो लाइना ला के, हालांकि दो लाइना जड़िया ने मेरा ही राय है जी। अगे वल्ला आलम कबर है कि थड़ा है या की है मैनू नहीं पता, ये हम पुछने उन्होंने भाई और जिम्मे अंदर है दरूद शरीफ का बोर्ड भी लगा। ये समाध ने अच्छा ये नाल एक छोटा कमरा लिंक करता पे हो सकता किसी ने कोई अपनी दरबार दरबूर तक खाते पा लो कोशिश की हो मेन एंट्रेंस है जी। ये एंट्रेंस तो पहला छोटा हो दरवाजा, ये दरवाजे के छोटे छोटे पिलर ने। सजनो लाजमी दस्या जे तुहाडे कोल इहदे बारे च कोई इलम होवे ते साडे इलम च जरूर इजाफा करिया जे,
कि किन्हां दीआं समाध ने असी जिस तरह मैं तुहानूं दस्सिया सी पिंड ठक्कर के वे ते लेकिन ए जिस रकबे च असी खलोते हाँ ये आंदा रमदास कोट रमदास का जिहड़ा ना रकबा पिंड नाल ही है इहनूं ठक्कर के कहिंदे ने रमदास पिंड थोड़ा जिहा हटवा ਇਹ ਕਹਿੰਦੇ ਨੇ ਕਿ ਰਮਦਾਸ ਪਿੰਡ ਦੇ ਉਹਦੇ ਵਿੱਚ ਆਉਂਦਾ ਲਓ ਜੀ ਹੁਣ ਕੋਸ਼ਿਸ਼ ਕਰਾਂਗੇ ਜੇ ਉਹ ਸਾਨੂੰ ਮਿਲ ਗਏ ਸਾਹਿਬ ਅਤੇ ਅਸੀਂ ਉਹਨਾਂ ਨਾਲ ਜ਼ਰੂਰ ਮੁਲਾਕਾਤ ਕਰਾਂਗੇ ਅਤੇ ਫਿਰ ਤੁਹਾਨੂੰ ਵੀ ਇਹਦੇ ਮੁਤਲਕ ਜਾਣਕਾਰੀ ਦਿਆਂਗੇ ਮੇਰਾ ਨਾਮ ਨੇ ਚਾਚਾ ਉਹਨਾਂ ਨੂੰ ਬਹੁਤ ਇਹਦੇ ਬਾਰੇ ਬਹੁਤਾ ਪਤਾ ਹੈ ਸ਼ਾਮ ਖਾਰਕ ਵੀ ਬਹੁਤਾ ਲਓ ਜੀ ਇਹ ਕਰੀਬ ਨੰਬਰਦਾਰਾਂ ਦੀ ਰਿਹਾਇਸ਼ ਹੈ ਚੌਧਰੀ ਉੱਥੇ ਸ਼ਾਮ ਨੰਬਰਦਾਰ ਸਾਹਿਬ ਉਹਨਾਂ ਕੋਲ ਅਸੀਂ ਆਏ ਸਾਂ ਪਤਾ ਲੱਗਿਆ ਸੀ ਕਿ ਉਹਨਾਂ ਕੋਲ ਇਹਨਾਂ ਦੀ ਇਨਫੋਰਮੇਸ਼ਨ ਹੋਇਆ ਕੋਈ ਕੋਸ਼ਿਸ਼ ਕਰ ਰਹੇ ਉਹਨਾਂ ਨਾਲ ਕੋਈ ਰਾਬਤਾ ਹੋਵੇ ਤਾਂ ਫਿਰ ਤੁਹਾਡੇ ਨਾਲ ਵੀ ਸਾਂਝ ਪਾਉਂਦੇ ਹਾਂ ਅੱਗੇ ਕੋਈ ਇੰਟਰਵਿਊ ਹੋ ਜਾਏਗਾ ਇਹ ਹੁਣ ਫੋਨ ਕਰਨਾ ਪਰ ਅਸੀਂ ਜੇ ਕੋਈ ਚੁੱਕ ਲੈਣ ਤੇ ਰਾਬਤਾ ਹੋ ਜਾਵੇ ਤਾਂ ਫਿਰ ਤੁਹਾਨੂੰ ਦੱਸ ਦਿੰਦੇ ਭਾਈ ਇੱਕ ਸ਼ਾਮ ਦਾ ਹੋਰ ਤੋਂ ਭਾਈ ਵਾਲ ਸਾਹਿਬ ਚੱਲ ਭਾਈ ਫਿਰ ਅੱਲਾ ਦੇ ਅਜੇ ਹੁਣੀ ਥੋੜ੍ਹੀ ਦੇਰ ਹੋਈ ਨਿਕਲੇ ਨੇ ਬਾਹਰ ਉਹ ਜਿਹੜਾ ਨਾ ਸਾਰੀ ਦਿਹਾੜੀ ਰੋਜ਼ਾ ਹੁੰਦਾ ਘਰ ਹੀ ਆਉਂਦੇ ਨੇ ਹੁਣੀ ਉਹ ਦੋਸਤ ਆਏ ਸਨ ਉਹਨਾਂ ਦੇ ਨਾਲ ਬਿਹਾਰ ਕਿਤੇ ਗਏ ਨੇ ਨਹੀਂ ਮੁਕੱਦਰਾਂ 'ਚ ਇਹ ਘਰ ਸਾਰੇ ਇਹਨਾਂ ਦੇ ਨਹੀਂ ਸਾਰਿਆਂ ਦੇ ਹਾਂਜੀ ਉਹ ਸ਼ਾਮ ਖੜ੍ਹੇ ਗਏ ਅੱਧਾ ਅੱਧਾ ਚਾਚੇ ਕੋਲ ਫੁੱਫੀਆਂ ਨੇ ਦੋਵੇਂ ਇਹ ਵੀ ਉਹ ਚਾਰ ਸਵੇਰੇ ਜਿਹੜੀ ਨੇ ਜ਼ਮੀਨ ਇਹਨਾਂ ਦੀ ਆਪਣੀ ਲੋ ਵੀ ਸੋਚਣਾ ਹੋਇਆ ਸੀ ਸਾਡਾ ਅੱਜ ਦਾ ਵਿਲਾਗ ਕੋਸ਼ਿਸ਼ ਕੀਤੀ ਅਸੀਂ ਇੱਥੇ ਸ਼ਾਮ ਭਾਈ ਨਾਲ ਮੁਲਾਕਾਤ ਕਰਨ ਦੀ ਲੇਕਿਨ ਉਹ ਮਸਰੂਫੀਅਤ ਦੇ ਬਾਇਸ ਉਹਨਾਂ ਨਾਲ ਮੁਲਾਕਾਤ ਨਹੀਂ ਹੋ ਸਕੀ ਅਤੇ ਚਲੋ ਬਹਰਹਾਲ ਤੁਸੀਂ ਜ਼ਰੂਰ ਸ਼ੇਅਰ ਕਰਿਆ ਜੇ ਤੁਹਾਡੇ ਕੋਲ ਇਹਦੇ ਮੁਤਲਕ ਕੋਈ ਹਿਸਟਰੀ ਹੋਵੇ ਜੈਸਾ ਮੈਂ ਤੁਹਾਨੂੰ ਦੱਸਿਆ ਕਿ ਪਿੰਡ ਠੱਕਰ ਕੇ ਅਤੇ ਗਾਲਬ ਕਿਆ ਦੋ ਪਿੰਡ ਨਾਲ ਨਾਲ ਨੇ ਲੇਕਿਨ ਇਹ ਜਿਹੜਾ ਸਾਰੀਆਂ ਸਮਾਧਾਂ ਮੌਜੂਦ ਨੇ ਆ ਜਿਹੜਾ ਰਕਬਾ ਇਹ ਆਉਂਦਾ ਜੇ ਰਮਦਾਸ ਕੋਟ ਦੇ ਏਰੀਏ ਦੇ ਵਿੱਚ ਅਤੇ ਇਹ ਤੁਸੀਂ ਜ਼ਰੂਰ ਦੱਸਿਆ ਜੇ ਕਮੈਂਟ ਬਾਕਸ ਦੇ ਵਿੱਚ ਇਹਦੀ ਹਿਸਟਰੀ ਅਗਰ ਤੁਹਾਡੇ ਕੋਲ ਹੋਵੇ नए ब्लॉग से नई गल्लां नाल फिर मुलाकात होएगी गल चंगी लगे लाइक शेयर जरूर करिया जी रब रखा।